ਨਾਮ ਹੈ ਤੁਹਾਡਾ? ਮੇਰਾ ਜੀ ਬਰਿੰਦਰ ਸਿੰਘ ਭੰਗੂ। ਅਤੇ ਕੀ ਕਾਰਨ ਹੈ ਜਿਹੜਾ ਤੁਸੀਂ ਜੀ ਡੀ ਮਾਰ? ਆਪਾਂ ਜੀ ਕੋਸਟਵੇ ਫਾਈਲ ਲਗਵਾਈ ਸੀਗੀ ਜੂਨ ਜੁਲਾਈ 'ਚ 2023 'ਚ। ਇਹਨਾਂ ਨੇ ਆਪਾਂ ਤੋਂ 3.5 ਲੱਖ ਰੁਪਏ ਲਿੱਤਾ ਜੀ ਦੋ ਫਾਈਲਾਂ ਦਾ। ਅਤੇ ਲਾਈਕ ਇਹਨਾਂ ਨੇ ਬਾਅਦ 'ਚ ਕੀ ਕਰਿਆ, ਦੋ ਕਹਿੰਦੇ ਵੀ ਆਪਾਂ ਫੰਡ ਸ਼ੋਅ ਕਰਾਂਗੇ ਤੁਹਾਡੇ ਐਚ ਡੀ ਐਫ ਸੀ 25-30 ਲੱਖ ਰੁਪਏ ਦੇ ਪ੍ਰਾਈਵੇਟ ਸਟੱਡੀ ਲੋਨ ਕਰਾਵਾਂਗੇ ਤੁਹਾਡਾ। ਦੈਨ ਇਹਨਾਂ ਨੇ ਕੀ ਕੀਤਾ, ਫਾਈਲ ਲਵਾਤੀ ਆਪਣੀ, 6-7 ਮਹੀਨੇ ਕੋਈ ਰਿਸਪੋਂਸ ਨਹੀਂ ਆਇਆ ਹੈਗਾ। ਅਤੇ 2024 ਆਇਆ ਜਨਵਰੀ ਫਰਵਰੀ, ਇਹਨਾਂ ਨੇ ਆਪਣੀ ਰਿਫਿਊਜ਼ ਲਿਆਤੀ। ਅਸੀਂ ਉੱਧਰ ਚੈੱਕ ਕਰਾਇਆ ਵੀ ਉੱਧਰ ਤੁਹਾਡੀ ਫਾਈਲ ਹੀ ਨਹੀਂ ਲੱਗੀ ਵੀ, ਅਜੇ ਫੇਕ ਆਈਡੀ, ਫੇਕ ਆਪਣੇ ਆਫਰ ਲੈਟਰ ਮੰਗਵਾਉਂਦੇ ਨੇ, ਰਿਫਿਊਜ਼ਲਾਂ ਫੇਕ ਨੇ, ਫੰਡ ਕੋਈ ਹੈ ਨਹੀਂ, 2 ਲੱਖ ਰੁਪਏ ਲੈ ਲੈਂਦੇ ਨੇ, ਬੈਠੇ ਰਹਿੰਦੇ ਨੇ, ਦੈਨ ਕੰਪਰੋ ਕਰਦੇ ਨੇ ਵੀ ਸਾਨੂੰ ਇੰਨੇ ਪੈਸੇ ਕੱਟ ਕੇ ਅਸੀਂ ਦੇ ਦਿੰਦੇ, ਚੈੱਕ ਦਿੰਦੇ ਨੇ ਸਿਕਿਉਰਟੀ ਦੇ ਤੌਰ 'ਤੇ, ਅਤੇ ਚੈੱਕ ਦਿੰਦੇ ਨੇ ਕੋਈ ਤੇਜਾ ਸਿੰਘ ਦੇ ਨਾਮ 'ਤੇ। ਇਹਨਾਂ ਦੇ 5-6 ਅਕਾਊਂਟ ਨੇ, ਚੈੱਕ ਬਾਊਂਸ ਹੋ ਜਾਂਦਾ ਜਾਂ 300 ਰੁਪਏ ਅਕਾਊਂਟ ਹੁੰਦਾ। ਅਤੇ ਕਾਫੀ ਸਟੂਡੈਂਟ ਨੇ ਜਿਨ੍ਹਾਂ ਦੀ ਇੱਥੇ ਫਾਈਲਾਂ ਲੱਗੀਆਂ ਕੋਸਟ ਆਫ ਇਮੀਗ੍ਰੇਸ਼ਨ ਆਪਣੇ ਖੰਨੇ। ਅਤੇ ਲਾਈਕ ਹੁਣ ਆਪਾਂ 15-20 ਬੰਦੇ ਹੈਗੇ ਜਿਨ੍ਹਾਂ ਦਾ ਹੁਣ ਪਤਾ ਹੈ, ਬਾਕੀ ਹੋਰ ਸਟੂਡੈਂਟ ਜਿਨ੍ਹਾਂ ਦੀ ਲੱਗੀਆਂ ਉਹ ਪਤਾ ਨਹੀਂ ਆਪਾਂ ਨੂੰ ਕੌਣ ਹੈ। ਬਾਕੀ ਸਟੂਡੈਂਟ ਦੇ 10ਵੀਂ ਦੇ ਸਰਟੀਫਿਕੇਟ, 12th ਦੇ ਸਰਟੀਫਿਕੇਟ, ਹੋਰ ਕਾਫੀ ਪਰੂਫ ਇਹਨਾਂ ਕੋਲ ਹੀ ਪਏ ਨੇ ਅਜੇ। ਇਹ ਹੋ ਗਏ ਨੇ ਹੁਣ ਫਰਾਰ ਸਾਰੀ। ਇੱਕ ਬੈਨੀਪਾਲ ਆ, ਇੱਕ ਹਰਮਨ ਮੈਡਮ ਆਪਣੀ ਉਰੇ ਦੀ ਲਲੇੜੀ ਰੋਡ ਰਹਿੰਦੀ ਹੈ, ਤਨਵੀਰ ਅਤੇ ਅੰਗਦ ਆ, ਚਰਨਪ੍ਰੀਤ ਨਾਮ, ਰੋਮਨ ਨਾਮ ਦਾ ਬੰਦਾ ਵੀ ਇੱਕ। ਇਸ ਸੰਬੰਧੀ ਕੋਈ ਕੰਪਲੇਂਟ ਦਿੱਤੀ ਹੈ? ਕੰਪਲੇਂਟ ਹੀ ਆਪਾਂ ਕੱਲ੍ਹ 5 ਕੰਪਲੇਂਟਾਂ ਦੇ ਕੇ ਆਏ ਐਸ ਪੀ ਮੈਮ ਨੂੰ, ਕੰਪਲੇਂਟ ਟੈਪ ਕਰਾ ਕੇ ਦੇ ਕੇ ਆਏ ਐਸ ਪੀ ਆਫਿਸ। ਉਹਨਾਂ ਦਾ ਅਜੇ ਕਹਿ ਗਿਆ, ਅੱਜ ਅਜੇ ਹੋਰ ਸਟੂਡੈਂਟ ਜਿਹੜੇ ਆਉਂਦੇ ਨੇ ਆਪਾਂ ਉਹਨਾਂ ਦੀ ਵੀ ਕੰਪਲੇਂਟਾਂ ਦੇਵਾਂਗੇ। ਅਤੇ ਹੁਣ ਸੈਂਟਰ 'ਚ ਬੈਠੇ ਨੇ? ਸੈਂਟਰ 'ਚ ਕੋਈ ਨਹੀਂ, ਭੱਜ ਗਏ ਸਾਰੇ ਲੋਕ ਲੱਗੇ। ਕੱਲ੍ਹ ਇੱਕ ਬੰਦਾ ਨਿਕਲੀ ਅਤੇ ਰਾਤ ਨੂੰ ਆਪਾਂ ਨੇ ਪੁਲਿਸ ਨੂੰ ਫੜਾਇਆ ਉਹ। ਪੁਲਿਸ ਕੱਲ੍ਹ ਆਪਣੇ ਸਿਟੀ ਟੂ ਥਾਣੇ ਲੈ ਕੇ ਗਈ ਉਹਨਾਂ ਨੂੰ 10:30-11 ਵਜੇ। ਬਾਕੀ ਹੁਣ ਆਹ ਵੀਰੇ ਹੋਣੇ ਨੇ, ਇਹਨਾਂ ਦਾ ਆਹ ਮੁੰਡਾ ਜੀ। ਕੀ ਮੰਗ ਕਰਦੇ? ਮੰਗ ਤਾਂ ਕੋਈ ਨਹੀਂ, ਆਪਾਂ ਨੂੰ ਜਸਟਿਸ ਚਾਹੀਦੀ ਹੈ। ਹੁਣ ਭਗਵੰਤ ਸਰਕਾਰ ਕਹਿੰਦੀ ਹੈ ਵੀ ਹੁਣ ਜਿਹੜੇ ਫਰੋਡ ਦੇ ਹੁਣ ਚੱਕੋ ਇਹਨਾਂ ਨੂੰ, ਇਹ ਹੁਣ ਆਪਣੇ ਕਿੱਥੇ ਬਿਨਾਂ ਲਾਇਸੈਂਸ ਵਾਲੇ ਨਹੀਂ, ਹੁਣ ਬਿਨਾਂ ਲਾਇਸੈਂਸ ਵਾਲੇ ਤਾਂ ਕਾਰਵਾਈ ਹੋਣੀ ਚਾਹੀਦੀ ਹੈ। ਨਾਲੇ ਤਾਂ ਕਹਿੰਦੇ ਬਿਨਾਂ ਲਾਇਸੈਂਸ ਤੋਂ ਕੋਈ ਕੰਮ ਨਹੀਂ ਕਰ ਸਕਦੇ। ਪਹਿਲਾਂ ਰੇਡ ਹੋਈ ਸੀ ਜੀ ਇੱਕ ਵਾਰ, ਮੈਂ ਸੁਣਿਆ ਜੀ ਖੰਨੇ ਆਪਣੇ ਕਰਿਆ ਸੀ ਵੀ ਜਿਹੜੇ ਬਿਨਾਂ ਲਾਇਸੈਂਸ ਵਾਲੇ ਚੱਕਤੇ ਨੇ, ਹੁਣ ਸਾਨੂੰ ਤਾਂ ਹੀ ਲੱਗਿਆ ਵੀ ਹੁਣ ਇਹ ਹੋਣੇ ਲਾਇਸੈਂਸ ਵਾਲੇ ਤਾਂ ਹੀ ਬੈਠੇ ਨੇ, ਹੁਣ ਤਾਂ ਹੀ ਬੰਦਾ ਸਿਕਿਉਰਟੀ ਚਲੋ ਪੈਸੇ ਦੇ ਗਿਆ, ਆਪਾਂ ਤਾਂ ਲੋਕਲ ਸੀਗੇ ਵੀ ਤਾਂ ਪੈਸੇ ਫੜਾ ਗਏ ਇਹਨਾਂ ਨੂੰ, ਪੈਸੇ ਕਿੱਥੇ ਮੁੜਨੇ ਹੁਣ? ਹੁਣ ਕਿਸੇ ਦਾ 8 ਲੱਖ ਫਸਿਆ ਹੋਇਆ, 18 ਲੱਖ ਰੁਪਏ ਹੁਣ ਪਤਾ ਨਹੀਂ ਕੌਣ ਦੇਗਾ ਜੀ। ਆਉਣਾ ਵੀਰਾ ਆਪਣਾ, ਇਹ ਨਵੇਂ ਸ਼ਹਿਰ ਉੱਧਰੋਂ ਆਏ ਨੇ, ਇਹਨਾਂ ਦਾ 8 ਲੱਖ ਰੁਪਏ ਫਸਿਆ ਵਾ, GICP ਸਾਰੀ ਕਢਾ ਕੇ ਖਾ ਗਏ। ਅਸੀਂ ਨਵੇਂ ਸ਼ਹਿਰ, ਕੀ ਨਾਮ ਹੈ ਤੁਹਾਡਾ? ਤੀਰਤ ਸਿੰਘ। ਕਿੱਥੋਂ ਆਏ ਤੁਸੀਂ? ਨਵੇਂ ਸ਼ਹਿਰ ਤੋਂ। ਅਤੇ ਕੀ ਮੈਟਰ ਹੋਇਆ? GIC 7 ਤੋਂ ਲਈ ਸੀ ਇਹਨਾਂ ਨੇ 6.5 ਲੱਖ ਰੁਪਈਆ, ਅਤੇ ਮੇਰੇ ਅਕਾਊਂਟ ਦੇ ਵਿੱਚ ਪਵਾਈ ਸੀ, ਅਤੇ ਮੇਰੇ ਅਕਾਊਂਟ ਦੇ ਵਿੱਚੋਂ ਉਹਨਾਂ ਨੇ ਬਾਹਰ ਨੂੰ ਨਹੀਂ ਭੇਜੀ, ਆਪਣੇ ਅਕਾਊਂਟ 'ਚ ਪਵਾ ਲਈ। ਅੱਛਾ, ਹਾਂਜੀ, ਚੈੱਕ ਕਰਵਾਈ ਦਿੱਤੀ ਪੱਕੀ? ਹਾਂਜੀ। ਅਤੇ ਤੁਹਾਡੇ ਅਕਾਊਂਟ 'ਚੋਂ ਕਿੱਦਾਂ ਕਢਵਾ ਲਈ ਇਹਨਾਂ ਨੇ? ਸਾਡੀ ਇੱਦਾਂ ਇਹਨਾਂ ਨੇ ਚੈੱਕ ਬੁੱਕ ਲਈ ਸੀ, ਅਤੇ ATM ਕਾਰਡ ਇਹਨਾਂ ਕੋਲ ਸੀਗਾ, ਕੋਈ ਪਹਿਲੀ ਲੈ ਲੈਂਦੇ ਹੁੰਦੇ ਆ, ਤਾਂ ਇਹਨਾਂ ਨੇ ਆਪਣੇ ਅਕਾਊਂਟ 'ਚ ਪਵਾ ਲਿਆ। ਅਤੇ ਕਿੰਨੀ ਦੇਰ ਇਹਨਾਂ ਨੇ ਖੱਜਲ ਖੁਆਰ ਕੀਤਾ? ਸਾਨੂੰ 5ਵਾਂ ਮਹੀਨਾ ਹੋ ਗਿਆ। ਹਾਂਜੀ। ਅਤੇ ਤੁਹਾਡੇ ਨਾਲ ਦੇ ਕਿੰਨੇ ਕੇਸ ਹੋਰ ਹੋਣਗੇ? ਪਤਾ ਨਹੀਂ, ਬਹੁਤ ਤਾਂ ਕੱਲ੍ਹ ਵੀ ਆਏ ਸੀ, 5-6 ਜਣੇ, ਬਹੁਤ ਕੇਸ ਆ। ਅਤੇ ਕਿੱਥੇ ਵਾਸਤੇ ਕੇਸ ਲਗਾਇਆ ਸੀ? ਕੈਨੇਡਾ ਦੇ। ਅਤੇ ਹੁਣ ਤੁਹਾਡੇ ਕੇਸ ਦਾ ਕੀ ਬਣਿਆ? ਹੁਣ ਪਤਾ ਨਹੀਂ, ਕੱਲ੍ਹ ਵੀ ਆਏ ਸੀਗੇ, ਅਤੇ ਐਦੀ ਕਰੀ ਜਾਂਦੇ ਆ, ਸੋਮਵਾਰ ਨੂੰ ਆਇਓ, ਮੰਗਲਵਾਰ ਨੂੰ ਆਇਓ, ਹੁਣ ਬੈਠੇ ਨੇ ਇਹਨਾਂ ਨਾਲ ਜ਼ਿਆਦਾ। ਇਹਨਾਂ ਦੇ ਫਾਦਰ ਨੂੰ ਪਤਾ ਨਹੀਂ? ਇੱਧਰ ਕੋਈ ਨਹੀਂ। ਤੁਹਾਡਾ? ਮੇਰਾ ਸੁਰਜੀਤ ਸਿੰਘ। ਅਤੇ ਕੀ ਮੈਟਰ ਜਿਹੜਾ ਤੁਸੀਂ ਖੰਨਿਆ? ਇਹਨਾਂ ਦਾ ਜਿੱਦਾਂ ਲਾਇਆ ਸੀਗਾ ਜੀ ਬਾਹਰਲਾ, ਅਤੇ ਪਹਿਲਾਂ ਚੈੱਕ ਰਾਹੀਂ ਵੀ ਗਏ, ਉਹ 1,80,000 ਉਹ ਦਿੱਤਾ ਸੀਗਾ, ਅਤੇ ਇਹ ਬਾਅਦ 'ਚ ਪਾ ਕੇ ਸਾਡਾ 10,30,000 ਬਣਦਾ ਜਿੱਦਾਂ ਸਰ। ਹਾਂਜੀ, ਇਹ ਕਹਿੰਦੇ ਸਾਡੇ ਕੋਲ ਜਿੱਦਾਂ ਪਾਓ ਤਾਂ ਉਹ, ਅਤੇ ਚੈੱਕ ਵੀ ਲੈ ਲੈਣ ਸਾਈਨ ਕਰਕੇ, ਅਤੇ ATM ਵੀ ਲੈ ਜਾਂਦੇ, ਕਹਿੰਦੇ ਅਸੀਂ ਆਪਣੇ ਥਰੂ ਭੇਜਣੇ ਉੱਧਰ। ਨਾਮ ਕੀ ਹੈ ਕੰਪਨੀ ਦਾ? ਹਾਂਜੀ, ਕੀ ਨਾਮ ਕੰਪਨੀ ਦਾ? ਕੋਸਟਵੇਅਰ। ਅਤੇ ਮੇਨ ਕੌਣ ਸੀ ਬੰਦਾ ਉਹ ਜਿਹੜਾ? ਸਾਡੇ ਕੋਲ ਤਨਵੀਰ ਮੈਡਮ ਸੀ, ਉਹਨੇ ਕੀਤਾ ਜੀ ਸਰ। ਹਾਂਜੀ, ਉਹਨਾਂ ਕੋਲ ਸੀ, ਉਹ ਕਹਿੰਦੇ ਵੀ ਇਹ ਨਹੀਂ ਕਰਨਾ ਸਾਰਾ ਕੁਛ। ਕਿੰਨੀ ਦੇਰ ਖੱਜਲ ਖੁਆਰ ਹੋਣਾ ਪਿਆ? ਕਾਫੀ ਟਾਈਮ। ਕਿੰਨੇ ਟਾਈਮ ਹੋ ਗਿਆ? 5 ਮਹੀਨੇ ਹੋ ਗਏ ਜੀ। ਅਤੇ ਤੁਹਾਡੇ ਨਾਲ ਦੇ ਹੋਰ ਕਿੰਨੇ ਕੇਸ ਹੋਣਗੇ? ਹੋਰ ਤਾਂ ਸਾਡੇ ਕੋਲ ਹੁਣੇ ਆਏ ਜੀ, ਅੱਜ 4-5 ਕੇਸ, ਬਾਕੀ ਆਈ ਜਾਂਦੇ ਰੋਜ਼ ਜਿੱਦਾਂ। ਹਾਂਜੀ।
ਹਾਂਜੀ ਧੋਖਾ ਤਾਂ ਹੋਇਆ, ਉਹਦਾ ਧੋਖਾ ਕਿ ਨਿਆਣੇ ਦੇ ਫਿਊਚਰ ਕਿੰਨਾ ਖਰਾਬ ਹੈ ਜੀ, ਤੁਹਾਨੂੰ ਪਤਾ ਹੀ ਆ। ਹੁਣ ਕੀ ਮੰਗ ਕਰਦਾ? ਮੰਗ ਤਾਂ ਇਹੀ ਅਸੀਂ ਤਾਂ ਕਹਿੰਦੇ ਵੀ ਜਿੰਨੇ ਦੇ ਵੀ ਸਾਰਿਆਂ ਦੇ ਪੈਸੇ ਪੇਮੈਂਟ ਲਈ ਹੈ ਇਹਨਾਂ ਨੂੰ ਵਾਪਸ ਹੋਣੀ ਚਾਹੀਦੀ ਜੀ। ਹਾਂਜੀ ਜਾਂ ਅਸੀਂ ਕਹਿੰਦੇ ਬੱਚੇ ਨੂੰ ਬਾਹਰ ਭੇਜਣ। ਹਾਂਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਰਿੰਕੂ ਹੈ। ਅਤੇ ਕੀ ਦਿੱਕਤ ਹੈ ਜਿਹੜੀ ਤੁਸੀਂ ਆਏ ਸੈਂਟਰ ਦੇ? ਅਸੀਂ ਫਾਈਲ ਲਗਵਾਈ ਸੀ ਕੋਸਟਵੇ ਤੋਂ ਕੈਨੇਡਾ ਦੀ, 5 ਮੰਥਸ ਹੋ ਗਏ, ਅਭੀ ਤੱਕ ਕੋਈ ਰਿਸਪੋਂਸ ਹੀ ਨਹੀਂ ਆਇਆ। ਬਾਇਓਮੈਟ੍ਰਿਕ ਵੀ ਹੋ ਗਏ। ਕਿੰਨੇ ਪੈਸੇ ਦਿੱਤੇ? ਅਸੀਂ 5 ਲੱਖ ਦਿੱਤੇ ਆ, 2 ਸੀ ਸਾਡੀ ਫਾਈਲ। ਅੱਛਾ ਨਹੀਂ, ਇੰਨੇ ਪੈਸੇ ਫਾਈਲ ਲਗਾਉਂਦੇ ਦਿੱਤੇ ਇਹਨਾਂ ਨੇ ਸਿਰਫ? ਫਾਈਲ ਲਗਾਉਂਦੇ ਇਹ ਸਾਨੂੰ ਕਹਿੰਦੇ ਸੀ ਸਾਡਾ ਉਹ ਲੋਨ ਕਰਾਉਣਗੇ ਆਸਟ੍ਰੇਲੀਆ। ਅੱਛਾ ਲੋਨ ਕਰਵਾਉਂਦੇ ਵੀ ਨਾਲ ਪੈਸੇ ਲੈਂਦੇ ਸੀ? ਹਾਂਜੀ ਲੋਨ 25 ਲੱਖ ਦਾ ਲੋਨ। ਸਾਡਾ ਨਵਾਂ ਅਕਾਊਂਟ ਖੁਲਵਾਇਆ, ਉਹਨਾਂ ਨੇ ਸਾਰੇ ਡਾਕੂਮੈਂਟ ਲਏ। 2.5 ਲੱਖ ਦੇ ਸ਼ੋਅ ਫੰਡ ਕਰਾਏ ਉਹਨਾਂ ਨੇ। ਉਹ ਕਿੱਥੇ ਵਾਸਤੇ ਲਗਾਈ ਫਾਈਲ ਤੁਸੀਂ? ਆ ਕੈਨੇਡਾ। ਅਤੇ ਆਏ ਕਿੱਥੋਂ ਤੁਸੀਂ? ਲੁਧਿਆਣਾ। ਕਿੰਨੀ ਦੇਰ ਤੋਂ ਖੱਜਲ ਖੁਆਰ ਹੋ ਰਹੇ ਹੋ ਤੁਸੀਂ? ਅਸੀਂ 5 ਮੰਥਸ ਹੋ ਗਏ। ਤੁਹਾਡੇ ਨਾਲ ਦੇ ਹੋਰ ਕਿੰਨੇ ਬੰਦੇ ਹੈਗੇ? ਅਸੀਂ ਇੱਕ ਹੋਰ ਆ, ਮੇਰਾ ਫਰੈਂਡ ਆ, ਉਹਦੀ ਵੀ ਫਾਈਲ ਲੱਗੀ ਹੋਈ ਆ, ਉਹਦੇ 2.5 ਲੱਖ ਲੱਗੇ, ਮੇਰੇ ਵੀ 2.5 ਲੱਖ। ਹਾਂਜੀ ਬਾਇਓਮੈਟ੍ਰਿਕ ਸਭ ਬਾਇਓਮੈਟ੍ਰਿਕ ਸਾਰੇ ਹੋ ਗਏ ਮੇਰੇ। ਉਹ ਫਿਰ ਉਸ ਤੋਂ ਬਾਅਦ ਫੋਨ ਹੀ ਨਹੀਂ ਚੱਕਰੇ। ਕੋਈ ਅੰਬੈਸੀ ਤੋਂ ਕੋਈ ਲੈਟਰ ਜਾਂ ਕੋਈ ਮੇਲ ਤੁਹਾਨੂੰ ਆਈ ਹੋ? ਅੰਬੈਸੀ ਤੋਂ ਉਹ ਡਾਕੂਮੈਂਟ ਵੇਚੀ ਸੀ ਬਾਇਓਮੈਟ੍ਰਿਕ ਦੇ, ਉਹੀ ਸੀ ਬਸ। ਇਹ ਆਪ ਹੀ ਲੈਂਦੇ ਨੇ? ਹਾਂਜੀ ਉਸ ਬਾਕੀ ਡਾਕੂਮੈਂਟ ਇਹਨਾਂ ਕੋਲ ਹੀ ਆ ਸਾਰੇ। ਤੁਹਾਨੂੰ ਮੇਲ ਜਾਂ ਤੁਹਾਡਾ ਨੰਬਰ ਕੋਈ ਨਹੀਂ ਅਪਡੇਟ ਕਰਦੇ? ਨਾ ਨਾ ਆਪ ਦੇ ਕਰਦੇ ਆ, ਆਪ ਦੇ ਇਹਨਾਂ ਦੇ ਖੁਦ ਦਾ। ਅਤੇ ਕੋਈ ਕੰਪਲੇਂਟ ਕੀਤੀ ਤੁਸੀਂ? ਕੰਪਲੇਂਟ ਹਾਂਜੀ ਨਹੀਂ ਹੋ ਜਾਣ ਕਰਾਂਗੇ। ਕੀ ਮੰਗ ਕਰਦੇ ਹੋ? ਬਸ ਜਸਟਿਸ ਮਿਲ ਜੇ ਅਤੇ ਸਾਡੇ ਡਾਕੂਮੈਂਟ ਵਾਪਸ ਕਰ ਦਿਓ, ਔਰ ਸਾਡੇ ਜੋ ਪੈਸੇ ਲਏ ਆ ਉਹ ਵਾਪਸ ਕਰ ਦਿਓ ਡਾਕੂਮੈਂਟ ਨੇ। ਸਾਨੂੰ 14/3/24 ਨੂੰ ਇੱਕ ਕੰਪਲੇਂਟ ਵਿਰਾਜ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਪਟਿਆਲੇ ਨੇ ਦਿੱਤੀ ਸੀਗੀ ਕਿ ਸਾਡੇ ਨਾਲ ਕੋਸਟਵੇ ਇਮੀਗ੍ਰੇਸ਼ਨ ਵਾਲਿਆਂ ਨੇ ਠੱਗੀ ਮਾਰੀ ਹੈ। ਅਸੀਂ ਇਮੀਡੀਏਟਲੀ ਉਸੇ ਦਿਨ ਹੀ FA ਨੰਬਰ 44 ਅੰਡਰ ਸੈਕਸ਼ਨ 420-120-24 ਇਮੀਗ੍ਰੇਸ਼ਨ ਐਕਟ ਦੇ ਤਹਿਤ City 2 ਖੰਨਾ ਵਿਖੇ ਮੁਕੱਦਮਾ ਦਰਜ ਕਰਤਾ ਸੀਗਾ, ਜਿਸ ਦੇ ਖਿਲਾਫ਼ ਉਹਨਾਂ ਨੇ ਕੰਪਲੇਂਟ ਦਿੱਤੀ ਬਾਈ ਨੇਮ ਤੇਜਾ ਸਿੰਘ ਐਂਡ ਇੱਕ 1 ਲੇਡੀ ਹੋਰ ਸੀ। ਅਸੀਂ ਦੋਨਾਂ ਦੇ ਖਿਲਾਫ਼ ਮੁਕੱਦਮਾ ਦਰਜ ਕਰਤਾ। ਇਸ ਤਫਤੀਸ਼ 'ਚ ਜਿਹੜੇ ਵੀ ਹੋਰ ਕੋਈ ਦੋਸ਼ੀ ਪਾਏ ਗਏ ਉਹਨਾਂ ਦੇ ਖਿਲਾਫ਼ ਅਸੀਂ ਕਾਰਵਾਈ ਅਮਲ 'ਚ ਲਿਆਵਾਂਗੇ। ਕੋਈ ਬੰਦਾ ਅਰੈਸਟ ਵੀ ਕੀਤਾ ਉਹਨਾਂ 'ਚ? ਨਹੀਂ ਅਜੇ ਕੋਈ ਅਰੈਸਟ ਨਹੀਂ ਹੋਇਆ, ਸਾਰੇ ਭੱਜੇ ਹੋਏ ਨੇ, ਲੋਕ ਲੱਗਿਆ ਹੋਇਆ ਬਿਲਡਿੰਗ।